ਲੱਗਾ ਸੀ 25 ਲੱਖ ਰੁਪਏ ਦੇ ਕਰੀਬ ਇਹਦੇ ਉੱਪਰ ਅੱਛਾ ਇਹ ਸਾਰਾ ਇਜ਼ਰਾਈਲ ਤੋਂ ਇੰਪੋਰਟ ਹੋਇਆ ਇੱਕ ਘੰਟੇ ਦੇ ਵਿੱਚ ਅਸੀਂ ਗਰੀਬ ਗਰੀਬ 100 ਤੋਂ ਸਵਾ 100 ਐਨੀਮਲ ਦੀ ਜਿਹੜੀ ਚੁਆਈ ਇੱਥੇ ਹੋ ਜਾਂਦੀ ਆ ਜੇ ਲੈ ਕੇ ਕਲੀ ਕਲੀ ਗਾਂ ਦਾ ਅਕਾਊਂਟ ਬਣਿਆ ਹੋਇਆ ਜੀ ਤੇ ਉਹ ਆਪਣੇ ਆਪ ਹੀ ਜਾ ਕੇ ਉਹਦੇ ਕੰਪਿਊਟਰ 'ਚ ਫੀਡ ਹੋ ਜਾਣਾ ਉਹਦਾ ਸਾਰੀ ਦਾ ਜਿਹੜਾ ਤੁਸੀਂ ਸਿਸਟਮ ਲਾਇਆ ਹੋਇਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਹਾਂਜੀ ਇਹ ਆਪਣਾ ਮਿਲਕੀ ਪਾਰਲਰ ਹੈਗਾ ਇਹਦੇ ਵਿੱਚ ਅਸੀਂ ਆਪਣਾ ਇੱਕੋ ਟਾਈਮ ਦੇ ਉੱਪਰ ਜੀ 12 ਪਸ਼ੂਆਂ ਦੀ ਚੁਆਈ ਹੁੰਦੀ ਆ ਤੇ 1 ਘੰਟੇ ਦੇ ਵਿੱਚ ਅਸੀਂ ਗਰੀਬ ਗਰੀਬ 100 ਤੋਂ ਸਵਾ 100 ਐਨੀਮਲ ਦੀ ਜਿਹੜੀ ਚੁਆਈ ਇੱਥੇ ਹੋ ਜਾਂਦੀ ਆ ਤੇ ਹਾਂਜੀ ਤੇ ਫੁੱਲੀ ਆਟੋਮੈਟਿਕ ਹੈਗਾ ਇਹ ਸਿਰ ਮਸ਼ੀਨ ਲਾਉਣੀ ਆ ਇਹਦੇ ਵਿੱਚ ਤੇ ਉਹ ਤੋਂ ਬਾਅਦ ਦੂਜੇ ਦੁੱਧ ਖਤਮ ਹੋ ਗਿਆ ਮਸ਼ੀਨ ਨੇ ਆਪਣੇ ਆਪ ਸੈਂਸਰ ਸੈਂਸ ਕਰਨਾ ਤੇ ਉਹਨੇ ਆਪਣੇ ਉਤਰ ਜਾਣਾ ਤੇ ਦੁੱਧ ਦੇ ਵਿੱਚ ਕੋਈ ਇਹਨੂੰ ਪ੍ਰੋਬਲਮ ਲੱਗਦੀ ਆ ਵੀ ਦੁੱਧ ਆਪਣਾ ਕੋਈ ਕਿਸੇ ਤਰ੍ਹਾਂ ਦੀ ਕੋਈ ਉਹਦੇ ਵਿੱਚ ਬੈਕਟੀਰੀਅਲ ਲੋਡ ਜ਼ਿਆਦਾ ਹੈਗਾ ਤਾਂ ਵੀ ਮਸ਼ੀਨ ਨੇ ਉਹਨੂੰ ਸਾਨੂੰ ਅੱਗੇ ਅਲਰਟ ਕਰ ਦੇਣਾ ਵੀ ਐਨੀਮਲ ਚੈੱਕ ਕਰ ਲਓ ਠੀਕ ਹੈ ਠੀਕ ਹੈ ਤੇ ਦੁੱਧ ਦਾ ਸਾਰਾ ਰਿਕਾਰਡ ਇਹਨਾਂ ਦਾ ਹਰੇ ਸਾਰਾ ਡਾਟਾ ਪੂਰਾ ਸਿਸਟਮ ਕਿੰਨੇ ਲੀਟਰ ਆਉਂਦਾ ਕਿੰਨੇ ਸਾਰਾ ਪਹੁੰਚਾਉਂਦਾ ਇੰਡੀਵਿਜੂਅਲ ਇੱਕ ਕਲੀ ਕਲੀ ਗਾਂ ਦਾ ਅਕਾਊਂਟ ਬਣਿਆ ਹੋਇਆ ਜੀ ਤੇ ਉਹ ਆਪਣੇ ਆਪ ਹੀ ਜਾ ਕੇ ਉਹਦੇ ਕੰਪਿਊਟਰ 'ਚ ਫੀਡ ਹੋ ਜਾਣਾ ਉਹਦਾ ਸਾਰੀ ਦਾ ਵੀ ਕਿਹੜੀ ਨੇ ਕਿੰਨਾ ਦੁੱਧ ਦਿੱਤਾ ਤੇ ਕਿਸ ਟਾਈਮ ਕਿੰਨਾ ਦਿੱਤਾ ਠੀਕ ਹੈ ਖਰਚਾ ਜੀ ਥੋੜ੍ਹਾ ਜਿਹਾ ਕੋਸਟਲੀ ਹੈ ਸਾਡਾ ਲੱਗਾ ਸੀ 25 ਲੱਖ ਰੁਪਏ ਦੇ ਕਰੀਬ ਇਹਦੇ ਉੱਪਰ ਅੱਛਾ ਇਹ ਸਾਰਾ ਇਜ਼ਰਾਈਲ ਤੋਂ ਇੰਪੋਰਟ ਹੋਇਆ ਇਹ ਡਿਪੈਂਡ ਕਰਦਾ ਤੁਸੀਂ ਕਿੰਨਾ ਵੀ ਵਧਾ ਵੀ ਸਕਦੇ ਹੋ ਜੇ ਵੱਧ ਗਿਆ ਤਾਂ ਲਾਉਣਾ ਹਾਂ ਬਿਲਕੁਲ ਵਧਾ ਸਕਦੇ ਹਾਂ ਐਵਰੇਜ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂਜੀ ਤੇ ਫਿਰ ਇਹਦੀ ਸਾਂਭ ਸੰਭਾਲ ਦਾ ਕਿੰਨਾ ਉਹ ਆ ਸਾਂਭ ਸੰਭਾਲ ਦਾ ਕੋਈ ਨਹੀਂ ਬਾਕੀ ਸਵੇਰ ਦੀ ਕਲੀਨਿੰਗ ਹੈ ਸਵੇਰੇ ਉਹ ਬਾਹਰੋਂ ਇੰਪੋਰਟ ਕੀਤਾ ਹੋਇਆ ਤਾਂ ਫਿਰ ਨਹੀਂ ਉਹ ਦੇਖ ਰਹੇ ਤਾਂ ਸਾਰਾ ਹੈਗਾ ਕੰਪਨੀ ਦਾ ਸੈਟਅਪ ਹੈਗਾ ਇੱਥੇ ਸਾਰਾ ਸਮਾਨ ਮਿਲ ਜਾਂਦਾ ਬਿਲਕੁਲ ਯਾਰ ਸਭ ਚੁਆਈ ਵੇਲੇ ਤਾਂ ਤੁਸੀਂ ਜਿਵੇਂ ਮਸ਼ੀਨਾਂ ਲਾ ਦਿੰਦੇ ਹੋ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਜ਼ਰੂਰੀ ਰੱਖੀਆਂ ਹੋਈਆਂ ਨੇ ਸਾਰੀ ਸਫਾਈ ਹੁੰਦੀ ਆ ਤੇ ਉਸ ਤੋਂ ਬਾਅਦ ਮਸ਼ੀਨ ਲਾਉਣੇ ਅਸੀਂ ਸਿਕੰਦਰ ਜੀ ਇਹਦੇ ਨਾਲ ਹੁਣ ਜਿਵੇਂ ਆਪਣੇ ਕਹਿ ਦਈਏ ਗਾਂ ਰੱਖੀਆਂ ਹੋਈਆਂ ਨੇ ਫਿਰ ਹੁੰਦਾ ਵੀ ਆਪਾਂ ਉਹਨੂੰ ਗਾਂ ਨੂੰ ਅੱਗੇ ਵਧਾਈਏ ਉਹਦੀ ਜਿਹੜੀ ਪਨੀਰੀ ਹੁੰਦੀ ਆ ਗਾਂ ਉਹਨੂੰ ਵੀ ਕਟਰੂ ਬਛਰੂ ਨੂੰ ਵੀ ਸੰਭਾਲਣਾ ਪੈਂਦਾ ਉਹ ਹੋਰ ਮਿਹਨਤ ਵਾਲਾ ਕੰਮ ਹੋ ਜਾਂਦਾ ਤੇ ਇੱਧਰ ਤੁਸੀਂ ਅੱਡ ਪੋਰਸ਼ਨ ਜਿਵੇਂ ਕਹਦੀ ਬਣਾਏ ਹੋਏ ਨੇ ਇਹਨੂੰ ਕਿੱਦਾਂ ਮੈਨੇਜ ਕਰ ਰਹੇ ਹੋ ਇੱਧਰ ਸਾਰੀਆਂ ਕੋਈ ਦੁਧਾਰੂ ਗਾਂ ਵੀ ਜਿਹੜੀਆਂ ਦੁੱਧ ਦੇਣ ਵਾਲੀਆਂ ਨੇ ਤੇ ਅਸੀਂ ਵੱਖਰੀਆਂ ਨੇ ਕਿੱਦਾਂ ਬਣਾਇਆ ਹੋਇਆ ਅਸੀਂ ਨੇ ਸਾਰੀ ਇਹਦੀ ਗਰੁੱਪਿੰਗ ਕੀਤੀ ਹੋਈ ਆ ਏਜ ਦੇ ਹਿਸਾਬ ਨਾਲ ਪਹਿਲਾਂ ਅਸੀਂ ਦੁੱਧ ਦੇ ਹਿਸਾਬ ਨਾਲ ਜਿਵੇਂ ਸਾਡੇ ਛੋਟੇ ਬੱਚੇ ਨੇ ਜਿਹੜੇ 4 ਮਹੀਨੇ ਤੋਂ ਨੀਚੇ ਨੇ ਉਹ ਅਸੀਂ ਅੰਦਰ ਲੈ ਕੇ ਏਜ ਰੱਖੇ ਹੋਏ ਨੇ ਜਿਹੜੇ ਪਹਿਲੇ 70 ਦਿਨ ਅਸੀਂ ਲੱਗ ਰੱਖਦੇ ਹਾਂ 70 ਦਿਨ ਤੋਂ ਲੈ ਕੇ 120 ਦਿਨ ਤੱਕ ਲੱਗ ਨੇ 120 ਦਿਨ ਤੋਂ ਲੈ ਕੇ 6 ਮਹੀਨੇ ਤੱਕ ਲੱਗ ਨੇ ਅਸੀਂ ਅਲੱਗ ਸਾਰਿਆਂ ਦੇ ਅਲੱਗ ਅਲੱਗ ਸੈਪਰੇਟ ਕਿਉਂਕਿ ਜਿੰਨੀ ਕੁ ਉਹਦੀ ਏਜ ਆ ਉਸ ਹਿਸਾਬ ਨਾਲ ਡਾਈਟ ਦੇਵਾਂਗੇ ਜੇ ਵੱਡੇ ਛੋਟੇ ਇਕੱਠੇ ਕਰਾਂਗੇ ਤਾਂ ਵੱਡਿਆਂ ਨੇ ਖਾਇਆ ਜਾਣਾ ਛੋਟੇ ਭੁੱਖੇ ਰਹਿਣਗੇ ਫਿਰ ਕਮਜ਼ੋਰ ਹੁੰਦੇ ਜਾਂਦੇ ਨੇ ਤੇ ਆ ਇਸ ਲਈ ਤੁਹਾਨੂੰ ਇਹਦੀ ਸਾਰਿਆਂ ਦੀ ਸਿਹਤ ਵੀ ਦੇਖੋ ਤੁਹਾਨੂੰ ਇੱਕ ਬਿਲਕੁਲ ਇੱਕ ਸਾਰ ਦੀ ਮਿਲਣੀ ਆ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ ਇਹਦੀ ਖੁਰਾਕ ਦਾ ਕੀ ਆ ਸੇਮ ਹੀ ਆ ਜਿਹੜਾ ਇਹਨਾਂ ਨੂੰ ਪਾਉਂਦੇ ਨਹੀਂ ਇਹਨਾਂ ਦੀ ਲੱਖ ਰਾਜ ਇਹਨਾਂ ਵਾਸਤੇ ਅਲੱਗ ਬਣਦੀ ਇਹਨਾਂ ਖਾਤਰ ਕੀ ਆ ਕਿਉਂਕਿ ਹੁੰਦਾ ਵੀ ਚਲੋ ਇਹਨਾਂ ਵਾਸਤੇ ਸਾਲ ਤੱਕ ਦੀ ਆਪਾਂ ਗੱਲ ਕਰੀਏ ਜਿਵੇਂ ਬਿਲਕੁਲ ਇਹਨਾਂ ਦੇ ਦੇਖੋ ਪਹਿਲੇ ਦਾ ਜਿਹੜਾ ਆਪਣਾ 80-80 ਦਿਨ ਦੁੱਧ ਦੁੱਧੇ ਰਹਿਣਗੀਆਂ ਇਹ ਜੀ ਨਾਲ ਇਹਨਾਂ ਵਾਸਤੇ ਸਪੈਸ਼ਲ ਖੁਰਾਕ ਹੁੰਦੀ ਜਿਹੜੀ ਫੀਡ ਆਪਾਂ ਕਿੰਨੇ ਦਿਨ ਦੱਸਿਆ ਕਿੰਨੇ ਦਿਨ ਦੁੱਧ ਰੱਖਣੇ ਦਾ 85 ਤੋਂ 90 ਦਿਨ ਤੱਕ 85 ਤੇ 3 ਮਹੀਨੇ ਆਪਾਂ 3 ਮਹੀਨੇ ਦੁੱਧ ਪਿਲਾਉਣੇ ਨੇ ਦੁੱਧ ਤੇ ਹੀ ਰੱਖਣਾ ਦੁੱਧ ਤੇ ਪਿਲਾਉਣੇ ਇੱਕ ਕਈ ਹੁੰਦੇ ਨੇ ਕਿਸਾਨ ਵੀ ਉਹਨੂੰ ਗਾਂ ਤੋਂ ਛੁਡਾ ਲੈਂਦੇ ਨੇ ਚੁੰਗਲ ਦੂਜੇ ਤਰ੍ਹਾਂ ਪਿਲਾ ਦਿੰਦੇ ਨੇ ਉਹ ਵੀ ਕਿਤੇ ਖਰਾਬ ਕਰਦਾ ਨਹੀਂ ਉਹ ਕੋਈ ਖਰਾਬ ਨਹੀਂ ਕਰਦਾ ਅਸੀਂ ਵੀ ਦੂਜੇ ਦਿਨ ਪਿਲਾਉਣੇ ਆ ਅਸੀਂ ਨਿਪਲ ਰੱਖਣੇ ਆ ਨਿਪਲ ਲੱਗੇ ਹੋਏ ਨੇ ਉਹ ਨਿਪਲਾਂ ਨੂੰ ਜਿਵੇਂ ਆਪਾਂ ਬੱਚਾ ਆਪਣੀ ਮਾਂ ਨੂੰ ਚੁੰਗਦਾ ਉਸੇ ਤਰ੍ਹਾਂ ਉਹਨੂੰ ਪਿਲਾਉਣੇ ਦੇ ਵਿੱਚ ਠੀਕ ਹੈ 3 ਮਹੀਨੇ ਚੱਲਣਾ ਉਹ ਤੋਂ ਬਾਅਦ ਫਿਰ 3 ਮਹੀਨੇ ਹਾਂ 3 ਮਹੀਨੇ ਵਿੱਚ ਉਹਦੇ ਪਹਿਲੇ 3 ਮਹੀਨੇ ਜਿਹੜੇ ਉਹ ਜੇ ਪਾਣੀ ਫੀਡ ਤੇ ਦੁੱਧ ਠੀਕ ਹੈ ਤੇ 70 ਦਿਨ ਤੱਕ ਇਕੱਲਾ ਪਾਣੀ ਫੀਡ ਦੁੱਧ 70 ਦਿਨ ਤੋਂ ਬਾਅਦ ਫਿਰ ਅਸੀਂ ਇਹਨੂੰ ਥੋੜ੍ਹੇ ਥੋੜ੍ਹੇ ਨਾਲ ਪੱਠੇ ਪਾਉਣੇ ਸਟਾਰਟ ਕਰਦੇ ਹਾਂ